दोस्तों मेरा नाम है नीलंजम और तुझे देखते पे मेरा यूट्यूब चैनल एग्रीकल्चर इनफॉर्मेशन। अज एक दफा अभी फिर 44 में आए हैं, साढ़े नाल भाइयों मौजूद है। इन्होंने झोना लाया, यानी कि भाइयों पूछते किन्ने किले झोना लाया तो कहड़ा बीज लाया वै। सारा इंटरव्यू लेंदे हैं। मैं वीडियो स्टार्ट करने तो पहले सवा भरा गुजारिश करूँगा कि मेरे चैनल सबसक्राइब कर दियो और बैल आइकॉन लाजमी प्रेस करना। अच्छा भाई, तेरा नाम की है? मेरा नाम नुमान। अच्छा ਭਾਈ, ਤੁਸੀਂ ਕਦੋਂ ਦੇ ਆ ਫੀਲਡ ਦੇ ਵਿੱਚ ਆਏ ਆ? ਮੈਂ ਜੀ ਪਹਿਲੇ ਤੇ ਮੇਰੇ ਵਾਲਦ ਸਾਹਿਬ ਸੀਗੇ, ਮੈਨੂੰ ਹੁਣ 3-4 ਸਾਲ ਹੋ ਚੱਲੇ ਇਸ ਕੰਮ ਦੇ ਵਿੱਚ। ਠੀਕ ਹੋ ਗਿਆ। ਤੇ ਤਕਰੀਬਨ ਦੂਸਰਾ ਸਾਲ ਆ ਮੈਨੂੰ ਝੋਨਾ ਲਾਉਂਦੇ ਹਾਂ। ਦੂਸਰਾ ਸਾਲ ਝੋਨਾ ਲਾਉਂਦੇ? ਤੇ ਪਿਛਲੇ ਸਾਲ ਕਿਹੜਾ ਝੋਨਾ ਲਾਇਆ ਸੀਗਾ? ਮੈਂ ਪਿਛਲੇ ਸਾਲ ਦੋ ਵੈਰਾਈਟੀਆਂ ਲਾਏ ਸੀ, ਇੱਕ ਤਾਂ ਕਾਇਨਾਤ ਆ ਜੀ। ਜੀ। ਤੇ ਇੱਕ ਉਹ ਸੀਗਾ ਦੂਸਰਾ 1509। 1509। ਹਾਂਜੀ। ਤੇ ਤੁਹਾਡਾ ਕਿਹੜੀ ਐਵਰੇਜ ਚੰਗੀ ਆਈ ਸੀਗੀ, ਕਾਇਨਾਤ ਦੀ ਜਾਂ 1509 ਦੀ? ਮੇਰੀ ਕਾਇਨਾਤ ਦੀ ਜ਼ਿਆਦਾ ਐਵਰੇਜ ਆਈ ਸੀ। ਠੀਕ ਹੈ ਸਾਹਿਬ, 1509 ਦੀ ਕੋਈ ਨਹੀਂ ਸੀ? 1509 ਦੀ ਉਸ ਤੋਂ ਘੱਟ ਸੀ। ਠੀਕ ਹੋ ਗਿਆ। ਤੇ ਤੁਸੀਂ ਕਿਦੋਂ ਦਾ ਝੋਨਾ ਲਾ ਰਹੇ ਆ? 2 ਸਾਲ ਹੋ ਗਏ ਬਾਅਦ? ਮੈਨੂੰ 2 ਸਾਲ ਹੋ ਗਏ। ਅੱਛਾ, ਤੇਰਾ ਕੋਲ ਰਕਬਾ ਕਿੰਨਾ ਹੈ? ਮੇਰਾ ਕੋਲ ਰਕਬਾ ਹੈਗਾ ਜੀ 66 ਏਕੜ। 66 ਏਕੜ ਭਾਈ ਨਾਲ ਕੋਲ ਰਕਬਾ? ਹਾਂਜੀ। ਸਾਰੀ ਪਹਿਲੀ ਇੱਕ ਜਗ੍ਹਾ ਇੱਥੇ ਹੈ ਜਾਂ ਅੱਗੇ ਪਿੱਛੇ ਵੀ? ਨਹੀਂ, ਅੱਗੇ ਪਿੱਛੇ ਵੀ ਹੈ। ਠੀਕ ਹੋ ਗਿਆ। ਤੇ ਕਿਹਾ ਆਪਾਂ ਪੈਸੇ ਵਿੱਚ ਖੋਤੇ ਆ, ਕੈਦ ਖੇਤ ਦੇ ਵਿੱਚ ਖੋਤੇ ਆ, ਇਹ ਕਿੰਨਾ ਰਕਬਾ ਟੋਟਲ ਦਿੱਤੇ ਆ? ਇਹ ਮੇਰੇ ਕੋਲ 12 ਏਕੜ ਹੈ। ਠੀਕ ਹੋ ਗਿਆ। ਜਾਨੀ ਕਿ 66 ਕਿੱਲੇ ਤੁਹਾਡੀ ਪੈ ਲਈ ਆ, ਤੁਸੀਂ ਸਿਰਫ ਉਹਦੇ ਵਿੱਚ 4 ਕਿੱਲੇ ਝੋਨਾ ਲਾਇਆ? ਨਹੀਂ, ਮੇਰੇ ਕੋਲ 15 ਏਕੜ ਝੋਨੇ ਨੇ। 15 ਏਕੜ ਝੋਨੇ ਦੇ? 3-4 ਏਕੜ ਇੱਥੇ ਆ, ਬਾਕੀ ਮੇਰਾ ਨਹਿਰ ਤੇ ਰਕਬਾ ਉੱਥੇ। ਠੀਕ ਹੋ ਗਿਆ ਜੀ। ਅੱਛਾ ਭਾਈ, ਮੈਂ ਝੋਨੇ ਦੇ ਵਾਲੇ ਨਾਲ ਗੱਲ ਕੀਤੀ ਜਾਵੇ, ਤੁਸੀਂ ਕਿਹੜਾ ਐਸ ਵਾਈ ਬੀ ਲਾਇਆ ਵਾ? ਕਾਇਨਾ ਦੀ। ਕਾਇਨਾ ਦਾ ਵੀ ਫੇਲ ਆ। ਠੀਕ ਹੋ ਗਿਆ। ਤੁਸੀਂ ਕਿੰਨੀ ਗੜੀ ਵਹਾਈ ਕੀਤੀ ਸੀ ਤੇ ਕਿੰਨੇ ਕੁ ਪਾਣੀ ਲਾਇਆ ਤੇ? ਇਹਦੇ ਉੱਪਰ ਜੀ ਵਹਾਈ ਦਾ ਜਿਹੜਾ ਖਰਚਾ ਵਾ, ਦੋ ਵਾਰੀ ਰੋਟਾਵੇਟਰ ਮਾਰਿਆ। ਠੀਕ ਹੋ ਗਿਆ। ਉਸ ਤੋਂ ਬਾਅਦ 2-3 ਫਾਲਿਆਂ ਦੀਆਂ ਸੀਆਂ ਲਾ ਕੇ। ਠੀਕ ਹੋ ਗਿਆ। ਉਸ ਤੋਂ ਬਾਅਦ ਕੱਦੂ ਕਰਕੇ ਤੇ ਝੋਨਾ ਲਾ ਕੇ ਤੇ ਉੱਪਰ ਕੱਦੂ ਕੀਤਾ ਹੋਇਆ। ਠੀਕ ਹੋ ਗਿਆ। ਹਾਂਜੀ। ਤੇ ਇਹਦੇ ਉੱਪਰ ਮੈਂ 2 ਬੋਰੇ DAP ਨੂੰ ਹੀ ਫ੍ਰੀ ਏਕੜ। ਠੀਕ ਹੋ ਗਿਆ। ਤੇ ਉੱਪਰ 2-2 ਬੋਰੇ ਯੂਰੀਆ ਦੇ। ਠੀਕ ਹੋ ਗਿਆ। ਤੇ ਫ੍ਰੀ ਏਕੜ ਨੂੰ। ਠੀਕ ਹੋ ਗਿਆ। ਉਸ ਤੋਂ ਬਾਅਦ 1-1 ਬੋਰਾ ਨੈਟਰੋ ਦਾ। ਠੀਕ ਹੋ ਗਿਆ। ਨਾਲ ਦਾਣੇਦਾਰ ਪਾਈ ਹੋਈ ਸੀ। ਠੀਕ ਹੋ ਗਿਆ। ਤੇ 2 ਸਪਰੇਆਂ ਕੀਤੀਆਂ। ਠੀਕ ਹੈ ਭਾਈ। ਅਗਰ ਗੰਦ ਹਵਾਲੇ ਨਾਲ ਗੱਲ ਕੀਤੀ ਹੈ, ਤੁਹਾਡੇ ਝੋਨੇ ਵਿੱਚ ਜਿਹੜਾ ਗੰਦ ਨਹੀਂ ਹੈ, ਯਾਨੀ ਕਿ ਪਹਿਲੇ ਪੈ ਜੇ ਗੰਦ ਹੈ ਸੀ ਜਾਂ ਤੁਸੀਂ ਖਤਮ ਕਰਕੇ ਫੇਰ ਬੀਜਿਆ ਝੋਨਾ? ਨਹੀਂ, ਮੈਂ ਇਹਨੂੰ ਪਹਿਲੇ ਅੱਛੀ ਤਰੀਕੇ ਨਾਲ ਪਹਿਲੀ ਵੇਲੀ ਕੀਤੀ ਹੋਈ ਸੀ, ਛੱਡੀ ਹੋਈ ਸੀ ਵਾਹ ਕੇ। ਠੀਕ ਹੈ। ਇਹਨੂੰ ਚੰਗੀ ਤਰ੍ਹਾਂ ਸੁਕਾਇਆ। ਠੀਕ ਹੈ। ਸੁਕਾ ਕੇ ਉਸ ਤੋਂ ਬਾਅਦ ਮੈਂ ਫਿਰ ਝੋਨਾ ਲਾ ਕੇ। ਹਾਂਜੀ। ਠੀਕ ਹੋ ਗਿਆ ਜੀ। ਤੇ ਭਾਈ, ਤੁਸੀਂ ਝੋਨਾ ਕਿੰਨਾ ਖਰਚਾ ਇਹਦੇ ਉੱਤੇ ਕੀਤਾ ਤਕਰੀਬਨ? ਇਹਦੇ ਉੱਪਰ ਮੇਰਾ 30 ਏਕੜ ਦੇ ਉੱਪਰ 40-45 ਹਜ਼ਾਰ ਰੁਪਇਆ ਖਰਚਾ ਆ ਗਿਆ। ਠੀਕ ਹੋ ਗਿਆ ਭਾਈ। ਮਾਸ਼ਾ ਤੁਹਾਡਾ ਝੋਨਾ ਠੀਕ ਆ, ਸੋਹਣਾ ਨਾ। ਅਤੇ ਤੁਸੀਂ ਹੋਰ ਫਸਲ ਕਿਹਨੂੰ ਜ਼ਿਆਦਾ ਪਸੰਦ ਕਰਦੇ, ਝੋਨੇ ਨੂੰ, ਮੱਕੀ ਨੂੰ, ਨਰਮੇ ਨੂੰ, ਕਿ ਹੋਰ ਤੁਹਾਨੂੰ ਕਿਹੜੀ ਜ਼ਿਆਦਾ ਫਸਲ ਪਸੰਦ ਆ? ਅਸੀਂ ਜ਼ਿਆਦਾਤਰ ਜੀ ਫਸਲਾਂ ਜੀ ਸਾਰੀਆਂ ਕਾਸ਼ਤ ਕੀਤੀਆਂ, ਲੇਕਿਨ ਮਕਈ ਦੀ ਜ਼ਰਾ ਕੁ ਜ਼ਿਆਦਾ ਕੰਮ ਠੀਕ ਆ। ਠੀਕ ਆ। ਮੱਕੀ ਦੀ ਜ਼ਿਆਦਾ ਕਾਸ਼ਤ ਕਰਦੇ ਆ? ਹਾਂਜੀ। ਜ਼ਿਆਦਾ ਤੁਸੀਂ ਹਾਰੂ ਲਾਉਂਦੇ ਆ, ਸਿਆਲੂ ਲਾਉਂਦੇ ਮੱਕੀ? ਅਸੀਂ ਸਿਆਲੂ ਜੀ। ਸਿਆਲੂ ਮੱਕੀ ਲਾਉਂਦੇ ਆ ਤਾਂ ਹਾਰੂ ਨਹੀਂ ਲਾਉਂਦੇ ਹੈਗੇ? ਹਾੜੂ ਬਸ ਜਿਹੜੇ ਕੋ 2-4 ਪੈਲੀਆਂ ਵਿਹਲੀਆਂ ਹੁਣ ਲਾ ਲਈ ਵੀ ਆ, ਬਾਕੀ ਕਣਕ ਲਾਈ ਵੀ ਆ। ਠੀਕ ਹੋ ਗਿਆ ਜੀ। ਹਾੜੂ ਦੇ ਉੱਪਰ ਮਕਈ ਦੇ ਉੱਪਰ ਖਰਚਾ ਬਹੁਤ ਜ਼ਿਆਦਾ ਜੀ, ਇਸ ਕਰਕੇ ਜਰਾ ਕੋ ਘੱਟ ਲਾਈ ਦੀ। ਠੀਕ ਹੋ ਗਿਆ ਜੀ। ਅੱਛਾ ਭਾਈ, ਤੁਸੀਂ ਇਹ ਦੱਸੋ ਕਿ ਤੁਸੀਂ ਪੱਠੇ ਪੁੱਠੇ ਵੀ ਬੀਜਦੇ ਆ, ਯਾਨੀ ਕਿ ਮਾਰਾ 86 ਕਿੱਲੇ ਰਕਬਾ 44-12 ਦੇ ਵਿੱਚ, ਤੁਸੀਂ ਕੋਈ ਮਾਲ ਡੰਗਰ ਵੀ ਰੱਖਿਆ ਕੋਈ? ਹਾਂਜੀ, ਮੇਰੇ ਕੋਲੋਂ 40-50 ਮੱਝਾਂ ਜੀ। ਠੀਕ ਹੋ ਗਿਆ ਜੀ। ਪਿੱਛੇ ਮੇਰਾ ਇਸੇ ਉੱਤੇ ਮੇਰਾ ਬੇਦੇ ਮੇਰਾ ਡੇਰਾ ਵੀ ਹੈ। ਠੀਕ ਹੋ ਗਿਆ ਜੀ। ਤੇ ਉਹਦੇ ਵਾਸਤੇ ਮੈਂ ਹਰ ਸਾਲ 6-7 ਏਕੜ ਦਾ ਸੈਲਾ ਹੀ ਬਣਾਉਂਦਾ ਮਕਈ ਦਾ। ਠੀਕ ਹੋ ਗਿਆ। ਮਾਲ ਵਾਸਤੇ। ਠੀਕ ਹੋ। ਬਾਕੀ ਆ ਮੇਰੇ ਕੋਲ ਜਿੱਥੇ ਆਪਾਂ ਖੜੇ ਆ 2.5-3 ਕਿੱਲੇ ਚੜੀ ਦੇ ਲੱਗੇ ਹੋਏ। ਠੀਕ ਹੋ ਗਿਆ ਜੀ। ਤੇ ਬਸ ਇਹੀ ਕੁਛ। ਠੀਕ ਹੋ ਗਿਆ। ਅੱਛਾ ਭਾਈ, ਤੁਸੀਂ ਇਹ ਤੁਹਾਨੂੰ ਗੱਲ ਤੱਕ ਹੋਰ ਪੁੱਛਣੀ ਹੈ ਕਿ ਤੁਹਾਨੂੰ ਜ਼ਿਮੀਂਦਾਰਾਂ ਦੇ ਵਿੱਚ ਕੋਈ ਫਾਇਦਾ ਦੇਖਦਾ ਜਾਂ ਨੁਕਸਾਨ ਦੇਖਦਾ, ਤੁਸੀਂ ਇਹ ਵਾਲਿਆਂ ਕੀ ਗੱਲ ਕਹੋਗੇ? ਮੈਨੂੰ ਬਹੁਤ ਫਾਇਦਾ ਜੀ, ਬਹੁਤ ਫਾਇਦਾ ਜੀ, ਬਹੁਤ ਜ਼ਿਆਦਾ ਫਾਇਦਾ। ਠੀਕ ਹੋ ਗਿਆ ਜੀ। ਅਤੇ ਇੱਕ ਤਾਂ ਇਹ ਹੈ ਕਿ ਨੌਕਰੀਆਂ ਨਾਲੋਂ ਵੈਸੇ ਕੰਮ ਠੀਕ ਹੈ। ਠੀਕ ਹੋ ਗਿਆ ਜੀ। ਕੁਛ ਇਹ ਹੈ ਕਿ ਅੱਲਾ ਦਾ ਸ਼ੁਕਰ ਆ, ਜ਼ਮੀਨ ਆਪਣੀ ਅੱਲਾ ਪਾਕ ਨੇ ਦਿੱਤੀ ਹੋਈ ਹੈ ਘਰ ਦੀ, ਫਿਰ ਆਪਣੀ ਮਿਹਨਤ ਮਜ਼ਦੂਰੀ ਕਰੀ। ਠੀਕ ਭਾਈ, ਤਾਂ ਕਹਿਣ ਵਾਲਾ ਸਵਾਲ ਇਹ ਹੈ ਕਿ ਤੁਹਾਡੇ ਕਿਹੜੇ ਔਜ਼ਾਰ ਆ, ਟਰੈਕਟਰ ਆ, ਟਰੈਲੀ, ਰੂਟਰ, ਇਹ ਤੁਹਾਡੇ ਆਪਣੇ ਆ ਜਾਂ ਮੁੱਲ? ਹਾਂਜੀ, ਮੇਰੇ ਕੋਲ ਸਾਰੇ ਔਜ਼ਾਰ ਆਪਣੇ ਆ ਜੀ। ਠੀਕ। ਮੇਰੇ ਕੋਲ 2-3 ਟਰੈਕਟਰ ਨੇ। ਠੀਕ ਹੋ ਗਿਆ। ਰੋਟਾਵੇਟਰ, ਟਰਾਲੀ, ਫਾਲੇ, ਹਰ ਸ਼ੈ ਮੇਰੇ ਕੋਲ ਆਪਣੀ, ਮੇਰੇ ਡੇਰੇ ਦੇ ਮਜ਼ਦੂਰ। ਠੀਕ ਹੋ ਗਿਆ ਭਾਈ। ਤੁਸੀਂ ਆਪ ਪਾਣੀ ਧਾਣੀ ਲਾਉਂਦੇ ਜਾਂ ਕੋਈ ਨੌਕਰ ਸ਼ੋਕਰ ਰੱਖੇ? ਨਹੀਂ, ਮੇਰੇ ਕੋਲ ਜੀ 2 ਮੁਲਾਜ਼ਮ ਆ। ਠੀਕ ਹੋ। ਆਪ ਵੀ ਨਾਲ ਹੀ? ਆਪ ਵੀ ਨਾਲ, ਯਾਨੀ ਕਿ 3 ਬੰਦੇ ਤੁਸੀਂ ਆ ਜੀ? ਹਾਂਜੀ। ਯਾਨੀ ਕਿ ਤੁਸੀਂ 3 ਬੰਦੇ ਜੀ ਨਾਲ ਹੀ ਤੁਸੀਂ ਦੇ ਸਕਦੇ ਆ ਕਿ ਭਾਈ 86 ਕਿੱਲੇ ਰਕਬਾ ਵੈ, ਯਾਨੀ ਇੱਕ ਜਗ੍ਹਾ ਤਾਂ ਨਹੀਂ ਹੈਗਾ, ਦੋਵਾਂ ਤਿੰਨਾਂ ਜਗ੍ਹਾ ਤੇ ਭਾਈ ਰਕਬਾ ਵੈ, ਲੇਕਿਨ ਭਾਈ ਹੁਣ ਸਿਰਫ 3 ਬੰਦੇ ਆ ਜੀ 86 ਕਿੱਲੇ ਰਕਬੇ ਨੂੰ ਸਾਂਭਦੇ ਆ। ਤੁਹਾਨੂੰ ਲਾਈਵ ਸਕਰੀਨ ਤੁਹਾਨੂੰ ਦਿਖਾ ਸਕਦੇ, ਇੱਕ ਪਾਸੇ ਟਰੈਕਟਰ ਚੱਲਣ ਦਿਆ ਵੈ, ਇਹਨਾਂ ਨੇ ਚਰੀ ਦਾ ਵੀ ਪੈਲੀ ਸੀਗੀ, ਇਹਨਾਂ ਨੇ ਡਿਕਸਾਂ ਮਾਰਤੀਆਂ। ਭਾਈ ਇਹ ਡਿਕਸਾਂ ਦੋਹਰੀਆਂ ਮਾਰੀਆਂ ਕਿ ਸਿੰਗਲ ਮਾਰੀਆਂ? ਇਹਨੂੰ ਮੈਂ ਜੀ ਪਾੜ ਪਾਈ ਹੋਈ ਹੈ, ਹੁਣ ਮੈਂ ਉਹਦੇ ਉੱਪਰ ਰੋਟਾਵੇਟਰ ਮਾਰਾਂਗਾ। ਠੀਕ ਹੋ ਗਿਆ ਜੀ। ਹਾਂਜੀ। ਇਹ ਰੂਟਰ ਮਾਰ ਕੇ ਖੁੱਲੀ ਛੱਡ ਦੇਣੀ ਹੈ? ਖੁੱਲੀ ਛੱਡ ਦੇਣੀ ਹੈ। ਅੱਜ ਤੋਂ ਬਾਅਦ ਘਾਹ ਕੋਈ ਦਾ ਸੁੱਕ ਜਾਵੇ। ਠੀਕ ਹੋ ਗਿਆ। ਫਿਰ ਇਹਤੇ ਕਣਕ ਸੁਧਾਰ ਸਕਦੇ ਹਾਂ। ਠੀਕ ਹੋ। ਤੁਸੀਂ ਦੇ ਸਕਦੇ ਹੋ ਭਾਈ ਉਹਨਾਂ ਨੇ, ਯਾਨੀ ਕਿ ਤੁਸੀਂ ਇਹ ਕਹਿ ਲਓ
ਕਿ ਭਾਈ ਹੁਣ ਕਿੰਨਾ ਦਿਲਚਸਪੀ ਹੈ ਜ਼ਿਮੀਂਦਾਰੀ ਦੇ ਵਿੱਚ, ਉਹਦਾ ਤੁਹਾਨੂੰ ਪ੍ਰੂਫ ਇਹ ਦਿੰਦਾ ਜਾਵਾਂ ਕਿ ਭਾਈ ਉਹਨੇ ਕਣਕ ਬੀਜਣੀ ਹੈ, ਕਣਕ ਬੀਜਣ ਤਕਰੀਬਨ 1.5 ਤੋਂ 2 ਮਹੀਨੇ ਪਏ ਹੈ, ਅਤੇ ਭਾਈ ਉਹਨਾਂ ਨੇ ਆਪਣੀ ਪੈਲੀ ਹੁਣੇ ਤਿਆਰ ਕਰਨੀ ਸ਼ੁਰੂ ਕਰਤੀ ਹੈ। ਠੀਕ ਭਾਈ, ਕਿਹੜਾ ਝੋਨਾ ਹੈ ਵੀ ਕਣਕ ਦਾ ਅਸੀਂ ਕਾਸ਼ ਕਰੋਗੇ? ਇਹਦਾ ਹੈਗਾ ਜੀ ਇੱਕ ਨਵਾਂ ਬੀਜ ਆਇਆ ਜੀ ਅਕਬਰ। ਅਕਬਰ, ਹਾਂਜੀ ਹਾਂਜੀ, ਉਹ ਮੈਂ ਰਹੀਮ ਯਾਰ ਖਾਂ ਤੋਂ ਬੀਜ ਮੰਗਵਾਇਆ। ਠੀਕ ਹੋ ਗਿਆ ਜੀ, ਅਤੇ ਉਹ ਮੈਂ ਇੱਥੇ ਕਾਸ਼ ਕਰਾਂਗਾ। ਇਹ ਤੁਸੀਂ ਕਿਹੜਾ ਕਰਾਉਂਦੇ ਹੁੰਦੇ, ਛੱਟਾ ਦਿੰਦੇ ਹੁੰਦੇ? ਛੱਟਾ ਦਿੰਦੇ ਜੀ। ਠੀਕ ਹੋ ਗਿਆ। ਅੱਛਾ ਨਾਜ਼ਰੀਨ, ਅਸੀਂ ਮਿਲਦੇ ਹਾਂ ਐਗਰੀ ਵੀਡੀਓ ਦੇ ਵਿੱਚ, ਤੁਸੀਂ ਆਪਣਾ ਖਿਆਲ ਰੱਖਿਓ ਔਰ ਮੇਰੇ ਚੈਨਲ ਦਾ ਵੀ ਖਿਆਲ ਰੱਖਿਓ। ਅੱਛਾ ਭਾਈ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਨਾਜ਼ਰੀਨ, ਅਸੀਂ ਮਿਲਾਂਗੇ ਐਗਰੀ ਵੀਡੀਓ ਦੇ ਵਿੱਚ, ਕਦੋਂ ਭਾਈ ਉਹਨਾਂ ਨੇ ਉੱਥੇ ਲਾਈ ਕਣਕ ਲਾਈ, ਅਕਬਰ ਬੀਜ ਲਾਇਆ, ਫਿਰ ਤੁਹਾਨੂੰ ਅਸੀਂ ਆ ਕੇ ਲਾਈਵ ਪ੍ਰੂਫ ਦਿਖਾ ਲਾਂਗੇ। ਮਿਲਦੇ ਹਾਂ ਐਗਰੀ ਵੀਡੀਓ।